ਲੁਧਿਆਣਾ ਦੇ ਹਲਕਾ ਸਾਨੇਵਾਲ ਵਿੱਚ ਬੀਬੀ ਸਤਵਿੰਦਰ ਕੌਰ ਬਿੱਟੀ ਵੱਲੋਂ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਂਦਿਆਂ ਸਾਨੇਵਾਲ ਕਸਬੇ ਲਈ 2 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ। ਨਿਰਭੈ ਸਿੰਘ ਸੱਧੂ ਵੱਲੋਂ ਰੱਖੇ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਆਏ ਹਲਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਬਿੱਟੀ ਨੇ ਕਿਹਾ ਹੈ ਕਿ ਕੈਪਟਨ ਸਾਹਿਬ ਬਿਨਾਂ ਕਿਸੇ ਭੇਦਭਾਵ ਦੇ ਪੂਰੇ ਸੂਬੇ ਦੇ ਵਿਕਾਸ ਲਈ ਯਤਨਸ਼ੀਲ ਹਨ ਅਤੇ ਇਹ ਪਹਿਲੀ ਕਿਸ਼ਤ ਸਾਨੇਵਾਲ ਵਾਸੀਆਂ ਲਈ ਦੀਵਾਲੀ ਦਾ ਤੋਹਫਾ ਹੈ। ਮੈਂ ਜੀ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਕਾਂਗਰਸ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਸਭ ਤੋਂ ਵੱਧ ਪਹਿਲਾਂ ਤਾਂ ਗ੍ਰਾਂਟ ਸਾਡੇ ਸਾਹਨੇਵਾਲ ਹਲਕੇ ਨੂੰ ਸਾਡੀ ਸਿਟੀ ਨੂੰ ਮਿਲੀ ਹੈ ਕਮੇਟੀ ਨੂੰ। ਸੋ ਦੀਵਾਲੀ ਦਾ ਸ਼ੁਭ ਮੌਕਾ ਹੈ, ਸਾਰੇ ਖੁਸ਼ੀ ਖੁਸ਼ੀ ਦੀਵਾਲੀ ਮਨਾਓ ਔਰ ਜਿਹੜੀ ਸਾਹਨੇਵਾਲ ਕਮੇਟੀ ਦਾ ਜੋ ਕੰਮ ਹੈ, ਜੋ ਸਾਹਨੇਵਾਲ ਸ਼ਹਿਰ ਦੇ ਕੰਮ ਨੇ, ਸਾਡੇ ਕੋਲ ਬਹੁਤ ਪੈਸਾ ਆ ਰਿਹਾ ਔਰ ਮੈਂ ਕਈ ਵਿਚਾਰੇ ਲੋਕ ਕਹਿ ਰਹੇ ਸਾਡੀ ਗਲੀ ਬਣਾ ਦਿਓ ਸਾਡੀ, ਮੈਂ ਕਿਹਾ ਭਾਈ ਕੋਈ ਗਲੀ ਰਹਿਣੀ ਹੀ ਦੇਣੀ, ਅਸੀਂ ਇੰਨਾ ਕੰਮ ਕਰਨਾ ਔਰ ਮੇਰਾ ਦਿਲ ਤਾਂ ਚਾਹੁੰਦਾ ਵੀ ਚੰਡੀਗੜ੍ਹ ਹੋਵੇ, ਸਾਡਾ ਸਾਹਨੇਵਾਲ ਚੰਡੀਗੜ੍ਹ ਵਰਗਾ ਹੋਵੇ, ਇਹਦੀ ਕੋਸ਼ਿਸ਼ ਹੈ। ਜਿੰਨਾ ਵੀ ਪੈਸਾ ਅਸੀਂ ਉਹਨੂੰ ਬੜੇ ਪ੍ਰੋਪਰ ਮੈਨੇਜ ਕਰਕੇ, ਸਾਡੇ ਆਫਿਸਰ ਬਹੁਤ ਸਿਆਣੇ ਨੇ, ਅਸੀਂ ਉਹਨੂੰ ਸਾਰਾ ਡਿਵੈਲਪਮੈਂਟ ਕਰਾਵਾਂਗੇ। ਥੈਂਕ ਯੂ ਸੋ ਮਚ। ਅੱਜ ਬਹੁਤ ਹੀ ਸਾਹਨੇਵਾਲ ਸ਼ਹਿਰ ਦੇ ਵੱਡੇ ਪ੍ਰੋਜੈਕਟ ਦਾ ਬੀਬੀ ਸਤਵਿੰਦਰ ਕੌਰ ਦੀ ਬਿੱਟੀ ਵੱਲੋਂ ਉਦਘਾਟਨ ਕੀਤਾ ਗਿਆ ਵਾ। 2 ਕਰੋੜ ਦੇ ਕਰੀਬ ਪ੍ਰੋਜੈਕਟ ਸਾਹਨੇਵਾਲ ਸ਼ਹਿਰ ਲਈ ਬੀਬੀ ਬਿੱਟੀ ਵੱਲੋਂ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਵਾ। ਅਸੀਂ ਬਹੁਤ ਹੀ ਹਲਕਾ ਸਾਹਨੇਵਾਲ ਵੱਲੋਂ ਸਾਰੇ ਬੀਬੀ ਬਿੱਟੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡੀ ਵੱਡੀ ਗ੍ਰਾਂਟ ਲਿਆ ਕੇ ਸਾਹਨੇਵਾਲ ਸ਼ਹਿਰ ਨੂੰ ਦਿੱਤੀ। ਮੈਂ ਬਹੁਤ ਹੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਪੰਜਾਬ ਦੀ ਤਰੱਕੀ ਲਈ ਇੰਨਾ ਵਧੀਆ ਫੈਸਲਾ ਲਿਆ। ਬਾਕੀ ਹਰ ਸ਼ਹਿਰ ਨੂੰ ਕਾਂਗਰਸ ਸਰਕਾਰ ਵੱਲੋਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ, ਮੈਂ ਪੰਜਾਬ ਸਰਕਾਰ ਦਾ ਵੀ ਬਹੁਤ ਧੰਨਵਾਦੀ ਹਾਂ। ਲੁਧਿਆਣਾ ਤੋਂ ਰਾਕੇਸ਼ ਗਰਗ ਦੀ ਰਿਪੋਰਟ, ਚੈਨਲ 2।